ਸਾਡੇ ਚੁਣੇ ਹੋਏ ਨੇਤਾਵਾਂ ਦੇ ਬੋਲ ਬੜੇ ਕੋੜੇ ਹੋ ਗਏ। ਜਿਹੜੇ ਮਿੱਠੇ ਬਣ ਬਣ ਆਉਂਦੇ ਸੀ ਉਹਨਾਂ ਦੇ ਸੀਨੇ 56 ਇੰਚ ਚੌੜੇ ਹੋ ਗਏ। ਸਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ ਸੀ ਉਹਨਾਂ ਦੇ ਬੋਲ ਬੜੇ ਕੌੜੇ ਹੋ ਗਏ। ਕੋਈ ਹੁਣ ਮੁੱਦਿਆਂ ਦੀ ਗੱਲ ਨਹੀਂ ਕਰਨਾ ਚਾਹੁੰਦਾ, ਹਰੇਕ ਇੱਕ ਦੂਜੇ 'ਤੇ ਸਿਆਸੀ ਅਤੇ ਨਿੱਜੀ ਤੀਰ ਚਲਾਉਂਦਾ। ਕਿਉਂ ਇਹਨਾਂ ਦੇ ਮਨ ਇੰਨੇ ਹੌਲੇ ਹੋ ਗਏ? ਸਾਡੇ ਚੁਣੇ ਹੋਏ ਨੇਤਾਵਾਂ ਦੇ ਬੋਲ ਬੜੇ ਕੌੜੇ ਹੋ ਗਏ। ਆਮ ਲੋਕ ਕੀ ਸੋਚਦੇ ਨੇ ਇਸ ਬਾਰੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨ ਦੇ ਲਈ ਪਹੁੰਚੇ ਹੋਏ ਹਾਂ। ਇਹਨਾਂ ਤੋਂ ਜਾਣਾਂਗੇ ਕਿ ਕੀ ਸੋਚਦੇ ਨੇ ਕਿ ਸਾਡੇ ਨੇਤਾਵਾਂ ਨੂੰ ਕੀ ਕਰਨਾ ਚਾਹੀਦਾ, ਕਿਉਂਕਿ ਅੱਜ ਕੱਲ੍ਹ ਉਹ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਭੁੱਲ ਕੇ ਇੱਕ ਦੂਜੇ ਨਾਲ ਖਹਿਬਾਜ਼ੀ ਦੀ ਜਿਹੜੀ ਰਾਜਨੀਤੀ ਜ਼ਿਆਦਾ ਕਰ ਰਹੇ ਨੇ। ਕੀ ਨਾਮ ਜੀ ਤੁਹਾਡਾ? ਡਾਕਟਰ ਮੇਜਰ ਸਿੰਘ। ਡਾਕਟਰ ਜੀ, ਅਸੀਂ ਜੇ ਗੱਲ ਕਰੀਏ, ਹੁਣ ਹਾਲ ਹੀ ਦੇ ਵਿੱਚ ਸੈਸ਼ਨ ਹੋ ਕੇ ਹਟਿਆ, ਪੂਰਾ ਹੋ ਗਿਆ, ਉਹਦੇ ਦੌਰਾਨ ਅਜਿਹੀਆਂ ਗੱਲਾਂ ਹੋਈਆਂ, ਅਜਿਹੀਆਂ ਘਟਨਾਵਾਂ ਹੋਈਆਂ ਕਿ ਜਿਹੜੇ ਆਗੂ ਸੀਗੇ ਲੋਕਾਂ ਦੀ ਗੱਲ ਕਰਨ ਦੀ ਥਾਂ ਆਪਸੀ ਗਾਲਾਂ ਵਾਲ ਕੱਢਦੇ ਨਜ਼ਰ ਆਏ। ਤੁਹਾਨੂੰ ਕੀ ਲੱਗਦਾ ਵੀ ਕਿਹੋ ਜਿਹਾ ਸਿਨੈਰੀਓ ਬਣ ਚੁੱਕਾ, ਕਿਹੋ ਜਿਹਾ ਮਾਹੌਲ ਬਣ? ਇਹਦੇ ਹੁਣ ਸਰਿਆਂ ਵੀ ਦਿਖ ਰਿਹਾ ਜੀ, ਮਤਲਬ ਸਾਰੀ ਪਬਲਿਕ ਦੇਖ ਰਹੀ ਸੀਗੀ, ਅਤੇ ਕਿਉਂਕਿ ਔਨਲਾਈਨ ਸਾਰਾ ਔਨ ਔਨ ਏਅਰ ਸੀਗਾ ਸਾਰਾ ਇਹ ਸਿਸਟਮ। ਸੋ ਉਸ ਟਾਈਮ ਕੀ ਇੱਕ ਦੂਜੇ ਨੂੰ ਗਾਲਾਂ ਦੇ ਰਹੇ ਹਾਂ, ਜਿਹੜੇ ਅਸੀਂ ਹੁੰਦੇ ਅਸੀਂ ਚੁਣ ਕੇ ਸਦਨ 'ਚ ਭੇਜੇ ਨੇ ਸਾਡੇ ਹਿੱਤ ਦੀ ਗੱਲ ਦੇ ਕਰਨ ਦੇ ਵਜਾਏ, ਉਹ ਆਪਣੇ ਆਪਣੀ ਗਾਲਾਂ ਪਰਸਨ ਵੀ, ਇਹ ਤਾਂ ਲੱਗਦਾ ਨਹੀਂ ਹੈਗਾ ਕਿ ਅਸੀਂ ਕੋਈ ਗਲਤ, ਸਾਨੂੰ ਅੱਜ ਫੀਲ ਹੋ ਰਿਹਾ ਹੈਗਾ ਕਿ ਇਸ 'ਤੇ ਬਹੁਤ ਹੀ ਬੜੀ ਗਲਤੀ ਕੀਤੀ ਅਸੀਂ ਸਰਕਾਰ ਚੁਣ ਕੇ ਭੇਜੀ ਹੈਗੀ। ਕੀ ਨਾਮ ਜੀ ਤੁਹਾਡਾ? ਬਲਜੀਤ ਸਿੰਘ। ਬਲਜੀਤ ਸਿੰਘ ਜੀ, ਤੁਸੀਂ ਕਿੱਦਾਂ ਦੇਖਦੇ ਵੀ ਜਿਹੜੀਆਂ ਸਦਨ ਦੇ ਵਿੱਚ ਲਗਾਤਾਰ ਗਾਲਾਂ ਕੱਢਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ, ਪਿਛਲੇ ਸੈਸ਼ਨ ਦੀ ਵੀ ਗੱਲ ਕਰੀਏ ਤਾਂ ਪੱਗਾਂ ਤੱਕ ਵੀ ਉਤਰੀਆਂ ਸੀ, ਕਿੱਦਾਂ ਦੇਖਦੇ ਸੀ? ਦੇਖੋ ਜੀ, ਆਪਣਾ ਬਹੁਤ ਗਲਤ ਗੱਲ ਹੈਗੀ ਇਹ, ਇੱਦਾਂ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ। ਚੁਣੇ ਨੁਮਾਇੰਦੇ ਨੇ, ਪੜ੍ਹੇ ਲਿਖੇ ਲੋਕ ਨੇ, ਅਤੇ ਕੱਲ੍ਹ ਨੂੰ ਇਲੈਕਸ਼ਨ ਹੋਣੇ ਨੇ, ਕਾਲਜਾਂ 'ਚ ਹੋਣੇ ਨੇ, ਯੂਨੀਵਰਸਿਟੀ 'ਚ ਹੋਣੇ ਨੇ, ਅਤੇ ਆਪਣਾ ਕੀ ਸੇਧ ਦੇਣਗੇ ਉਹਨੂੰ ਬੱਚਿਆਂ ਨੂੰ ਇਹ ਜਿਹੜਾ ਇਹ ਇੱਦਾਂ ਦੀ ਭਾਸ਼ਾ ਵਰਤ ਰਹੇ ਨੇ? ਬਿਲਕੁਲ ਗਲਤ ਹੈ, ਇਹਨਾਂ ਨੂੰ ਇੱਦਾਂ ਇਹਨਾਂ 'ਤੇ ਪਾਬੰਦੀ ਲਾਉਣੀ ਚਾਹੀਦੀ। ਇੱਕ ਮੈਂ ਤਾਂ ਕਹਿੰਦਾ ਇਹਨਾਂ 'ਤੇ ਨਹੀਂ, ਇਹਨਾਂ ਦੇ ਘਰਦਿਆਂ 'ਤੇ ਵੀ ਲਾਉਣੀ ਚਾਹੀਦੀ, ਕੋਈ ਬੱਚਾ ਵੀ ਨਾ ਇਹਨਾਂ ਦਾ ਅਗਾਂਹ ਨੂੰ ਖੜ ਸਕੇ। ਕੀ ਨਾਮ ਜੀ ਤੁਹਾਡਾ? ਸੁਖਵਿੰਦਰ ਸਿੰਘ। ਸੁਖਵਿੰਦਰ ਜੀ, ਸਾਡੇ ਚੁਣੇ ਹੋਏ ਨੁਮਾਇੰਦੇ ਦੀ ਜ਼ਿੰਮੇਵਾਰੀ ਤੁਹਾਡੇ ਹਿਸਾਬ ਨਾਲ ਕੀ ਬਣਦੀ ਜਦੋਂ ਸਦਨ 'ਚ ਪਹੁੰਚਦੇ? ਜ਼ਿੰਮੇਵਾਰੀ ਤਾਂ ਲੋਕਾਂ ਨੇ ਇਹਨਾਂ ਨੂੰ ਚੁਣ ਕੇ ਭੇਜਿਆ ਵੀ ਲੋਕਾਂ ਬਾਰੇ ਸੋਚਣ, ਇਹ ਆਪਣੀਆਂ ਨਿੱਜੀ ਦੁਸ਼ਮਣੀਆਂ ਪਾਵਰ 'ਚ ਆ ਕੇ ਆਪਣੀ ਨਿੱਜੀ ਦੁਸ਼ਮਣੀਆਂ ਲਾਗੇ ਕੱਢਣ। ਜੇ ਅਸੀਂ ਗੱਲ ਕਰੀਏ ਹਾਲ ਹੀ ਦੇ ਵਿੱਚ ਜਿਹੜਾ ਸਦਨ ਗਿਆ, ਉਹਦੇ ਵਿੱਚ ਕਿੰਨੇ ਆਗੂ ਜਿਹੜੇ ਨੇ ਉਹਨਾਂ ਨੇ ਆਪਸੀ ਖੁੰਦਕਾਂ ਚੰਗੀਆਂ ਰੱਜ ਕੇ ਕੱਢੀਆਂ ਨੇ, ਜਿੱਦਾਂ ਅਸੀਂ ਸੁਖਪਾਲ ਖਹਿਰਾ ਦੀ ਗੱਲ ਕਰ ਲਈਏ, ਰਾਣਾ ਗੁਰਜੀਤ ਦੀ ਗੱਲ ਕਰ ਲਈਏ, ਮਜੀਠੀਆ ਦੀ ਗੱਲ ਕਰ ਲਈਏ, ਨਾਲ ਦੀ ਨਾਲ ਜਿਹੜੇ ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਲਈਏ, ਸਾਰੇ ਇਹ ਲੋਕ ਕਿਤੇ ਨਾ ਕਿਤੇ ਆਪਸੀ ਰੰਜਿਸ਼ਾਂ ਕੱਢਦੇ ਨਜ਼ਰ ਆਏ। ਐਂਡ ਵਾਲੇ ਦਿਨ ਤਾਂ ਮਨਪ੍ਰੀਤ ਬਾਦਲ ਨੇ ਵੀ ਆਪਣੇ ਜਿਹੜੇ ਬਾਦਲ ਪਰਿਵਾਰ ਆ ਉਹਨਾਂ ਦੇ ਖਿਲਾਫ਼ ਜੰਮ ਕੇ ਆਪਣੀ ਭੜਾਸ ਕੱਢੀ ਹੈ, ਤੁਹਾਨੂੰ ਕੀ ਲੱਗਦਾ ਕਿ ਇਹ ਕਿੱਦਾਂ ਦਾ ਮਾਹੌਲ ਬਣ ਰਿਹਾ? ਮਾਹੌਲ ਤਾਂ ਖਰਾਬ ਹੀ ਕਰ ਰਹੇ ਹਾਂ ਜੀ। ਬਾਕੀ ਆਪਣਾ ਹੁਣ ਅੱਗੇ ਜੀਰੀ ਦਾ ਸੀਜ਼ਨ ਆ ਰਿਹਾ, ਅੱਜ ਵੀ ਪੇਪਰ 'ਚ ਆਇਆ ਹੋਇਆ ਵੀ ਇਹਨਾਂ ਦੇ ਹੜਤਾਲ ਤੁਰ ਏਜੰਸੀਆਂ ਪਤਾ ਨਹੀਂ ਕਣਕ 'ਚ ਵੀ ਹੈਰਾਨ ਕਰਨ, ਉਹਨਾਂ ਬਾਰੇ ਸੋਚਦੇ ਨਹੀਂ, ਆਪਣੀਆਂ ਪਰਸਨਲ ਜਿਹੜੀਆਂ ਦੁਸ਼ਮਣੀਆਂ ਉਹ ਕਰੀ ਜਾਂਦੇ ਹੈ। ਕੀ ਨਾਮ ਜੀ ਤੁਹਾਡਾ? ਜਵਾਲਾ ਰਾਮ ਜੀ। ਤੁਸੀਂ ਕੀ ਸੋਚਦੇ ਕਿ ਸਦਨ ਦੇ ਵਿੱਚ ਜਿਹੜੀਆਂ ਗਾਲਾਂ ਕੱਢੀਆਂ ਜਾਣੀਆਂ ਕਿੰਨਾ ਕੁ ਜਾਇਜ਼ ਆ? ਅਸੀਂ ਤਾਂ ਇਹ ਸੋਚਦੇ ਜੀ ਵੀ ਇਹ ਕਰ ਕੇ ਰਹੇ ਹਾਂ, ਕਿਉਂਕਿ ਪੜ੍ਹੇ ਲਿਖੇ ਤਾਂ ਸਾਰੇ ਬਣਾ ਕੇ ਆਪਾਂ ਨੁਮਾਇੰਦੇ ਅੱਗੇ ਭੇਜਦੇ ਹਾਂ, ਤਾਂ ਪੜ੍ਹੇ ਲਿਖਿਆਂ ਵਾਲਾ ਕੋਈ ਕੰਮ ਹੁੰਦਾ ਨਹੀਂ। ਜਦ ਅਸੀਂ ਘਰ 'ਚ ਟੀ ਵੀ ਦੇਖਦੇ ਹਾਂ ਤਾਂ ਉਹਨਾਂ 'ਚ ਬਹੁਤ ਬੁਰਾ ਮਹਿਸੂਸ ਹੁੰਦਾ ਬੱਚਿਆਂ ਦੇ ਸਾਹਮਣੇ ਪੜ੍ਹੇ ਲਿਖੇਗੇ ਵੀ ਕਿੱਦਾਂ ਹੁਣ ਜੇ ਉਹੀ ਨਹੀਂ ਇੱਦਾਂ ਸਹੀ ਤਰੀਕੇ ਨਾਲ ਕੋਈ ਗੱਲਬਾਤ ਕਰ ਸਕਦੇ, ਅਸੀਂ ਵੀ ਘਰ 'ਚ ਕਿਆ ਗੱਲਬਾਤ ਕਰ ਸਕਦੇ ਉਹਨਾਂ ਨੂੰ ਦੇਖ ਕੇ ਜੀ। ਤੁਹਾਡਾ? ਅਵਤਾਰ ਸਿੰਘ। ਅਵਤਾਰ, ਤੁਸੀਂ ਕਿੱਦਾਂ ਦੇਖਦੇ ਹੋ ਸਾਰੇ ਮਾਮਲੇ ਨੂੰ ਕਿ ਸਦਨ ਦੇ ਵਿੱਚ ਗਾਲਾਂ ਕੱਢਣੀਆਂ ਕਿੰਨਾ ਕੁ ਜਾਇਜ਼? ਨਹੀਂ ਜੀ, ਇਹ ਬਹੁਤ ਗਲਤ ਹੈ ਜੀ। ਸਦਨ ਦੇ ਵਿੱਚ ਅਕਸ ਨੂੰ ਪੜ੍ਹੇ ਲਿਖੇ ਬੰਦੇ ਅਸੀਂ ਚੁਣੇ ਨੇ ਜਿਹੜੇ, ਇਹ ਅਤੇ ਅਨਪੜ੍ਹਾਂ ਵਾਲੇ ਕੰਮ ਕਰਦੇ ਨੇ ਗਾਲੀ ਗਲੋਚ ਕਰਕੇ। ਉੱਥੇ ਹੁਣ ਟੀ ਵੀ 'ਤੇ ਵੀ ਪਰਿਵਾਰ 'ਚ ਬੈਠ ਕੇ ਨਿਊਜ਼ ਦੇਖਦੇ ਹੁੰਦੇ ਆ, ਇੱਥੇ ਵਿਧਾਨ ਸਭਾ ਚੱਲਦਾ ਹੈ, ਬਹੁਤ ਗਲਤ ਗੱਲ ਹੈ ਜੀ, ਇਹ ਮਾੜਾ ਅਸਰ ਪੈਂਦਾ ਹੈ। ਹੁਣ ਪੜ੍ਹੇ ਲਿਖੇ ਬੰਦੇ ਨੇ ਸਾਰੇ ਚੁਣੇ ਹੋਏ ਨੇ ਇਹ ਕਿ ਸਾਡਾ ਅੱਗੇ ਕੁਛ ਕਰਨਗੇ, ਇਹ ਆਪਸ 'ਚ ਹੀ ਇੱਦਾਂ ਗਾਲੀ ਗਲੋਚ ਕਰਦਾ ਤਾਂ ਹੋਰ 'ਤੇ ਤਾਂ ਬਹੁਤ ਮਾੜਾ ਅਸਰ ਪੈਣਾ ਜੀ। ਤੁਸੀਂ ਨੌਜਵਾਨ ਹੋ, ਤੁਹਾਨੂੰ ਕੀ ਲੱਗਦਾ ਵੀ ਨੌਜਵਾਨਾਂ ਦੇ ਮੁੱਦੇ ਸਦਨ ਦੇ ਵਿੱਚ ਚੱਕੇ ਗਏ ਜਾਂ ਨਹੀਂ ਚੱਕੇ? ਨਹੀਂ ਜੀ, ਬਿਲਕੁਲ ਨਹੀਂ। ਦੇਖੋ ਜੀ, ਹੁਣ ਨੌਜਵਾਨ ਅੱਜ ਕੱਲ੍ਹ ਪੜ੍ਹੇ ਲਿਖੇ ਸਾਰੇ ਬੇਰੁਜ਼ਗਾਰ ਫਿਰ ਰਹੇ, ਅਤੇ ਇਹਨਾਂ ਨੇ ਆਪਸੀ ਕਿਸੇ ਵੀ ਕੰਮ ਦਾ ਸਦਨ 'ਚ ਮੁੱਦਾ ਚੱਕਣ ਨਾਲ ਇਹ ਆਪਸੀ ਗਾਲੀ ਗਲੋਚ ਕਰਦੇ ਰਹਿੰਦੇ ਨੇ। ਤੁਹਾਡਾ? ਹੈਪੀ। ਹੈਪੀ ਜੀ, ਜੇ ਅਸੀਂ ਗੱਲ ਕਰੀਏ ਅੱਜ ਕੱਲ੍ਹ, ਹੁਣ ਹਾਲ ਹੀ ਦੇ ਵਿੱਚ ਸੈਸ਼ਨ ਨਿਕਲ ਕੇ ਹਟਿਆ, ਬਹੁਤ ਆਗੂ ਜਿਹੜੇ ਸਾਡੇ ਸੀਗੇ ਗਾਲੋਂ ਗਾਲੀ ਹੋਏ, ਤੁਹਾਨੂੰ ਕੀ ਲੱਗਦਾ ਕਿ ਇੱਦਾਂ ਦੇ ਹਾਲਾਤ ਕਿੱਦਾਂ ਬਣਨੇ ਚਾਹੀਦੇ ਨੇ ਸਦਨ ਦੇ ਵਿੱਚ ਜਾਂ ਲੋਕ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ? ਨਹੀਂ, ਲੋਕ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਹੈ, ਗਾਲੋਂ ਗਾਲੀ ਦਾ ਤਾਂ ਕੋਈ ਹੈ ਨਹੀਂ। ਜਿੱਦਾਂ ਲੋਕ ਆਪਣੇ ਹੁੰਦਿਆਂ ਨੂੰ ਚੁਣ ਕੇ ਭੇਜਦੇ ਨੇ, ਉਹਨਾਂ ਦੇ ਮੁੱਦੇ ਉੱਥੇ ਰੱਖਣੇ ਚਾਹੀਦੇ। ਜਿੱਦਾਂ ਕੋਈ ਟੈਕਸ ਲੱਗਦਾ, ਹੋਰ ਗੱਲਾਂ, ਲੋਕ ਸੜਕਾਂ 'ਤੇ ਫਿਰ ਰਹੇ ਹੈ, ਅਧਿਆਪਕ ਸੜਕਾਂ 'ਤੇ, 800 ਸਕੂਲ ਬੰਦ ਕਰਤਾ, ਥਰਮ ਪਲਾਂਟ ਬੰਦ ਕਰਤੇ, ਸਗਨ ਸਕੀਮ ਖਤਮ ਕਰਤੀ, ਇਹਨਾਂ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਹੈ, ਗਾਲੋਂ ਗਾਲੀ ਦੀ ਤਾਂ ਕੋਈ ਗੱਲ ਨਹੀਂ ਹੋਣੀ ਚਾਹੀਦੀ। ਤੁਹਾਨੂੰ ਕੀ ਲੱਗਦਾ ਕਿ ਵਿਧਾਇਕ ਕਿਤੇ ਨਾ ਕਿਤੇ ਲੋਕ ਮੁੱਦਿਆਂ ਦੀ ਥਾਂ ਆਪਸੀ ਰੰਜਿਸ਼ ਜ਼ਿਆਦਾ ਨਿਭਾ ਰਹੇ ਨੇ ਅੱਜ ਕੱਲ੍ਹ? ਦੇਖੋ ਜੀ, ਉਹ ਤਾਂ ਉਹਨਾਂ ਦੀ ਆਪਸੀ ਹੈ, ਜੋ ਲੋਕ ਉਹਨਾਂ ਨੂੰ ਚੁਣ ਕੇ ਭੇਜਦੇ ਪਹਿਲਾਂ ਤਾਂ ਲੋਕਾਂ ਦਾ ਸੋਚ
ਸਾਡੀਆਂ ਗੱਲਾਂ ਕਰਨੀਆਂ ਚਾਹੀਦੀਆਂ ਉਹਨਾਂ ਨੂੰ ਲੋਕਾਂ ਦੀਆਂ ਗੱਲਾਂ। ਅਸੀਂ ਨੌਜਵਾਨਾਂ ਦੀ ਜੇ ਗੱਲ ਕਰੀਏ, ਨੌਜਵਾਨਾਂ ਨੂੰ ਹੁਣ ਰੁਜ਼ਗਾਰ ਦੀ ਸਭ ਤੋਂ ਵੱਡੀ ਸਮੱਸਿਆ, ਤੁਹਾਨੂੰ ਕੀ ਲੱਗਦਾ ਕਿ ਨੌਜਵਾਨਾਂ ਦੇ ਕਿਹੜੇ ਮਸਲੇ ਨੇ ਜਿਹੜੇ ਉਹਨਾਂ ਨੂੰ ਸਦਨ ਦੇ ਵਿੱਚ ਚੁੱਕਣੇ ਚਾਹੀਦੇ? ਸਾਡਾ ਰੁਜ਼ਗਾਰ ਪਹਿਲੀ ਗੱਲ ਆ, ਸਾਨੂੰ ਨੌਕਰੀਆਂ ਬਾਰੇ ਕੁਛ ਵੀ ਨਹੀਂ ਸਾਨੂੰ ਮਿਲਿਆ। ਅਤੇ ਤੁਹਾਨੂੰ ਲੱਗਦਾ ਕਿ ਲੋਕਾਂ ਦੇ ਮੁੱਦਿਆਂ ਦੇ ਬਾਰੇ ਗੱਲਾਂ ਕਰਨੀਆਂ ਚਾਹੀਦੀਆਂ ਨੇ ਸਦਨ ਦੇ ਵਿੱਚ, ਨਾ ਕਿ ਗਾਲਾਂ ਕੱਢਣੀਆਂ? ਹਾਂਜੀ, ਲੋਕਾਂ ਦੇ ਮੁੱਦਿਆਂ ਬਾਰੇ ਕਰਨੀ ਚਾਹੀਦੀ ਗੱਲਾਂ, ਉਹ ਤਾਂ ਆਪਣੀਆਂ ਗੱਲਾਂ ਕਰਦੇ ਨੇ। ਲੋਕਾਂ ਦਾ ਇਹੀ ਕਹਿਣਾ ਕਿ ਲੋਕ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਹੈ, ਨਾ ਕਿ ਆਪਸੀ ਰੰਜਿਸ਼ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ। ਇਸ ਸਦਨ ਦੇ ਵਿੱਚ ਆਖਰੀ ਦਿਨ ਤਾਂ ਅਜਿਹਾ ਰਿਹਾ ਕਿ ਜਿਹੜੇ ਨੇਤਾ ਸੀਗੇ ਉਹ ਗਾਲੋ ਗਾਲੀ ਹੋ ਗਏ, ਇੱਕ ਦੂਜੇ ਨੂੰ ਇੰਨੀਆਂ ਗੱਲਾਂ ਕਹੀਆਂ ਗਈਆਂ ਕਿ ਉਹ ਜਿਨ੍ਹਾਂ ਨੇ ਰਿਪੋਰਟਰਾਂ ਨੇ ਪੱਤਰਕਾਰਾਂ ਨੇ ਉੱਥੇ ਸੁਣੀਆਂ ਉਹ ਵੀ ਕਹਿ ਰਹੇ ਸੀ ਕਿ ਸਦਨ ਦੀ ਮਰਿਆਦਾ ਦੇ ਖਿਲਾਫ ਉਹਨਾਂ ਨੇ ਉਹ ਉਦਾਹਰਣਾਂ ਦੇ ਦਿੱਤੀਆਂ ਜਿਹੜੇ ਆਉਣ ਵਾਲੀ ਪੀੜ੍ਹੀ ਵੀ ਇਸ ਨੂੰ ਕਾਲੇ ਦਿਨਾਂ ਵਜੋਂ ਜਾਣੇਗੀ, ਕਿਉਂਕਿ ਪਿਛਲੇ ਸਦਨ ਦੀ ਗੱਲ ਕਰੀਏ ਉਹਦੇ ਵਿੱਚ ਵੀ ਪੱਗਾਂ ਲਿਥਣ ਤੱਕ ਦਾ ਕੰਮ ਆ ਗਿਆ ਸੀਗਾ। ਸੋ ਕਿਤੇ ਨਾ ਕਿਤੇ ਜਿਹੜੇ ਸਾਡੇ ਆਗੂ ਨੇ, ਸਾਡੇ ਚੁਣੇ ਹੋਏ ਨੁਮਾਇੰਦੇ ਨੇ, ਉਹ ਆਪਣੀ ਮਰਿਆਦਾ ਭੁੱਲ ਕੇ ਉਹ ਚੀਜ਼ਾਂ ਕਰ ਰਹੇ ਨੇ, ਉਹ ਹਰਕਤਾਂ ਕਰ ਰਹੇ ਨੇ ਜਿਹੜੀਆਂ ਸਾਡੇ ਸਮਾਜ, ਸਾਡੇ ਸੱਭਿਅਕ ਸਮਾਜ ਦਾ ਹਿੱਸਾ ਨਹੀਂ। ਫਿਲਹਾਲ ਵਿਧਾਇਕਾਂ ਨੂੰ ਅਤੇ ਆਗੂਆਂ ਨੂੰ ਜਿਹੜੇ ਉੱਥੇ ਸਾਡੇ ਨੁਮਾਇੰਦੇ ਬਣ ਕੇ ਜਾਂਦੇ ਨੇ, ਉਹਨਾਂ ਨੂੰ ਸੋਚਣ ਦੀ ਲੋੜ ਹੈ ਕਿ ਅਸੀਂ ਲੋਕ ਮੁੱਦਿਆਂ ਦੀ ਗੱਲ ਕਰੀਏ, ਨਾ ਕਿ ਜਿਹੜੀਆਂ ਸਾਡੀਆਂ ਨਿੱਜੀ ਖੁੰਦਕਾਂ ਹੁੰਦੀਆਂ ਉਹਨਾਂ ਨੂੰ ਉੱਥੇ ਜਾ ਕੇ ਕੱਢੀਏ।